Hello everyone, welcome back to Suksham Ma'am ki classes, and today we are going to solve NAS based line graph comprehension of class 10th and date is 5th October 2021. The following line graph shows the percentage of marks scored by a student in different years. Hun thalle ek line graph ditta hai bachcho, ede vich ek bacche de मार्क्स दिते हुए ने परसेंटेज दे फॉर्म दे विच जो उन्हें डिफरेंट ईयर्स अलग अलग साल विच स्कोर कीते ने स्टडी इट केयरफुली एंड आंसर द क्वेश्चंस दैट फॉलोज इनू चंगी तरह स्टडी करो ते उस तो बाद लिखे हुए क्वेश्चन नू तुसी आंसर करना है नाउ असी फर्स्ट टाइम लाइन ग्राफ कर रहे हैं थोड़े जे इनू सॉल्व करने का तरीका अलग है नाउ अंडरस्टैंड इट पहले की करना है तुसी पहले तुसी हर साल दे नाल इनू अटैच करना आई मीन तुसी एक डॉटेड लाइन लगानी है ठीक है जिवें इंज इंज करते हुए एक लाइन लगाओ ताकि तुहानू पता चल जाए कि केड़ा सन किन्ने परसेंटेज ते है लाइक दिस 1995 है 50% 1994 सीगा 30% नाउ 1996 विच बच्चे ने स्कोर किते है देखो डॉटर्स लाइन जा रही ने यू विल डू इट विद द हेल्प ऑफ योर स्केल आई डोंट हैव अ स्केल मेरे को स्केल नहीं है इसलिए आई एम टेकिंग टाइम 1996 विच ओदी परसेंटेज सी 60 1997 विच ओदी परसेंटेज है 50 1998 विच ओदी परसेंटेज है डॉटेड लाइंस है विदाउट स्केल टाइम लगता है 1998 विच है ओदी 80 1999 which again उन्हें 80% score किता dotted lines जा रही हैं ने ऊपर and 2000 which उन्हें score किता 60 पिछले साल नालों दिस percentage काट गई पहले वो improve कर रहे हैं सी but 2000 which उन्हें percentage वापस 60 ते आ गई which is same as 1996 ठीक है पहले तुझे आज lines लगा dotted lines लगा लेनी है that's the reason इन्हें line graph करने हैं ਠੀਕ ਹੈ ਹੁਣ ਇੱਥੇ ਪਰਸੈਂਟੇਜ ਸੀਗੀ ਇੱਥੇ ਸਾਲ ਸੀਗੇ ਕਿਹੜੇ ਕਿਹੜੇ ਸਨ ਨੇ 1994 95 96 97 98 99 ਤੇ ਪਰਸੈਂਟੇਜ 90 ਤੱਕ ਹੈ ਉਹਨੇ ਹਾਈਐਸਟ ਪਰਸਨ ਸਕੋਰ ਕੀਤੀ ਹੈ 80 ਟਵਾਈਸ ਦੋ ਵਾਰ 1998 1999 ਵਿੱਚ ਉਹਨੇ 60% ਵੀ ਦੋ ਵਾਰ ਸਕੋਰ ਕੀਤੀ ਹੈ 1996 ਤੇ 2000 ਵਿੱਚ 50% ਵੀ ਦੋ ਵਾਰ ਸਕੋਰ ਕੀਤੀ ਹੈ 1995 ਤੇ 1997 ਵਿੱਚ ਲੋਐਸਟ ਪਰਸੈਂਟੇਜ ਉਹਨੇ ਜੋ ਅੱਜ ਤੱਕ ਸਕੋਰ ਕੀਤੀ ਹੈ ਦੈਟ ਇਜ਼ 30% ਐਂਡ ਦੈਟਸ ਆਲਸੋ ਇਨ 1994 ਠੀਕ ਹੈ ਸਮਝ ਗਏ ਕਲੀਅਰ ਲਾਈਨ ਗ੍ਰਾਫ ਵਿੱਚ ਡੋਟਡ ਲਾਈਨਸ ਲਾਣਾ ਨਾ ਭੁੱਲਿਓ ਓਕੇ ਨਾਓ ਲੈਟਸ ਸੀ ਆ ਕੁਐਸਚਨਸ The maximum percentage is 80% which has been scored in the years अगेन मैं ਤੁਹਾਨੂੰ ਸਮਝਾਇਆ ਸੀ ਇੱਥੇ ਕਿ 80% ਉਹਦੀ ਮੈਕਸਿਮਮ ਪਰਸੈਂਟੇਜ ਹੈ ਤੇ ਉਹਨੇ ਕਿਹੜੇ ਸੰਚ ਨੂੰ ਸਕੋਰ ਕੀਤਾ ਹੈ 1998 ਐਂਡ 1999 ਆਪਸ਼ਨ ਏ ਨੈਕਸਟ ਇਜ਼ ਦ ਪਰਸੈਂਟੇਜ ਸਕੋਰਡ ਇਨ 1994 ਇਜ਼ 30% ਕਰੈਕਟ ਜੀ ਹਾਂ ਉਹਦੀ ਸਭ ਤੋਂ ਘੱਟ ਪਰਸੈਂਟੇਜ ਸੀਗੀ 30% ਜੋ ਆਈ ਸੀ 1994 ਵਿੱਚ ਇਫ ਦ ਮੈਕਸਿਮਮ ਮਾਰਕਸ ਆਰ 150 ਦੈਨ What is the actual score in the same year? ਹੁਣ ਉਹ ਕਹਿ ਰਹੇ ਨੇ ਕਿ ਜੇ ਉਹਨੇ ਜੇ ਜੋ ਉਹਨੇ ਪੇਪਰ ਦਿੱਤੇ ਸੀ ਉਸ ਦੌਰਾਨ ਮਤਲਬ ਕਿ 1994 ਵਿੱਚ ਉਹਦੇ ਟੋਟਲ ਮਾਰਕਸ ਸੀ 150 ਹੁਣ ਤੁਸੀਂ ਉਹਦੇ ਐਗਜ਼ੈਕਟ ਨੰਬਰ ਕੱਢੋ ਮਤਲਬ ਕਿ 30% ਕਿੰਨਾ ਬਣ ਰਿਹਾ 150 ਦਾ ਈਜ਼ੀ ਹੈ 30% ਆਫ 150 ਤੁਹਾਨੂੰ ਮੈਂ ਸੋਲਵ ਕਰਵਾ ਸਮਝਾ ਰੱਖਿਆ ਪਿਛਲੇ ਗ੍ਰਾਫਾਂ 'ਚ ਵੀ 30% ਮੀਨਸ 30 ਓਵਰ 100 ਇਨਟੂ 150 ਸਾਨੂੰ ਪਰਸੈਂਟੇਜ ਦਿੱਤੀ ਹੈ ਟੋਟਲ ਮਾਰਕਸ ਦਿੱਤੇ ਉਹਦੇ ਵਿੱਚ ਅਸੀਂ ਉਹਦੇ ਐਗਜ਼ੈਕਟ ਮਾਰਕਸ ਕੱਢਨੇ ਨੇ ਬਹੁਤ ਈਜ਼ੀ ਹੁੰਦਾ ਹੈ 00 ਕੱਟੋ ਅਗੇਨ ਕੱਟ ਦ 0 ਹੁਣ ਕੀ ਬਚਿਆ 3 ਤੇ 15 15 1 ਜ਼ 15 15 2 ਜ਼ 30 15 3 ਜ਼ 45 ਆਪਸ਼ਨ ਏ ਇਜ਼ ਯੋਰ ਆਨਸਰ ਈਜ਼ੀ ਨੈਕਸਟ ਵਾਟ ਇਜ਼ ਦ ਡਿਫਰੈਂਸ ਬੀਟਵੀਨ ਦ ਪਰਸੈਂਟੇਜ ਸਕੋਰਡ ਇਨ 1997 ਐਂਡ 1995 ਹੁਣ 1997 ਤੇ 1995 ਦੀ ਪਰਸੈਂਟੇਜ ਦੇ ਵਿੱਚ ਡਿਫਰੈਂਸ ਕਿੰਨਾ ਹੈ ਡਿਫਰੈਂਟ ਮੀਨਸ ਮਾਈਨਸ ਠੀਕ ਹੈ 97 95 97 50 95 ਅਗੇਨ 50 ਤੇ ਕੋਈ ਡਿਫਰੈਂਸ ਹੈਗਾ ਹੈ ਨਹੀਂ ਹੈਗਾ ਹੈ 0% ਡਿਫਰੈਂਸ ਆਪਸ਼ਨ ਡੀ ਇੱਕ ਵਾਰ ਫਿਰ ਚੈੱਕ ਕਰ ਲਓ 1997 ਇਜ਼ ਆਲਸੋ 50 ਐਂਡ 1995 ਇਜ਼ ਆਲਸੋ 50 ਸੋ ਡਿਫਰੈਂਸ ਇਜ਼ ਆਫ 0% ਉਹ ਦੋਨੋਂ ਸੇਮ ਤੇ ਨੇ Fourth, the percentage of marks scored in the mid-year of all the years is hun. Sab to vichkar wale saal jinne tuhanu saal dite ne
ਜਿੰਨੇ ਸਾਨੂੰ ਸਨ ਦਿੱਤੇ ਨੇ, ਜਿੰਨੇ ਸਾਨੂੰ ਇਅਰਸ ਦਿੱਤੇ ਨੇ, ਉਹਨਾਂ ਵਿੱਚੋਂ ਵਿਚਕਾਰ ਵਾਲੇ ਸਾਲ ਵਿੱਚ ਉਹਨੇ ਕਿੰਨੇ ਸਕੋਰ ਕੀਤੇ ਨੇ। ਵਿਚਕਾਰ ਵਾਲਾ ਸਾਲ ਮੀਨ ਸੈਂਟਰ, ਟੋਟਲ ਕਿੰਨੇ ਆ? 1, 2, 3, 4, 5, 6, 7। ਹੁਣ 7 ਦਾ ਸੈਂਟਰ ਕੀ ਆਏਗਾ ਦੱਸੋ? ਤੁਹਾਡਾ ਆਏਗਾ 4th, ਕਿਉਂਕਿ ਇੱਥੇ ਵੀ 3 ਨੇ, ਇਹ ਦੇਖੋ, ਠੀਕ ਹੈ, ਤੇ ਇੱਧਰ ਵੀ 3 ਨੇ, 1997 ਤੁਹਾਡਾ ਸੈਂਟਰ ਬਣ ਜਾਏਗਾ। ਹੁਣ ਕਿੰਨੇ ਨੇ? 50%, ਆਪਸ਼ਨ ਬੀ 50%। 5th, ਦ ਪ੍ਰੋਵਾਈਡਡ ਡਾਟਾ ਇਜ਼ ਆਫ ਡੈਸ਼ ਈਅਰਸ। ਹੁਣ ਜੋ ਡਾਟਾ ਦਿੱਤਾ ਗਿਆ ਸੀ ਉਹ ਕਿੰਨੇ ਸਾਲਾਂ ਦਾ ਸੀ? ਅਸੀਂ ਹੁਣੇ ਕੈਲਕੂਲੇਟ ਕੀਤਾ, ਕਾਊਂਟ ਕੀਤਾ ਸੀ, ਉਹ ਕੀ ਉਹ 7 ਈਅਰਸ ਦਾ ਸੀ, ਇਸ ਲਈ ਆਪਸ਼ਨ ਸੀ 7 ਇਜ਼ ਯੋਰ ਆਨਸਰ। ਐਂਡ ਵਿਦ ਦਿਸ ਟੂਡੇਜ਼ ਲਾਈਨ ਗ੍ਰਾਫ ਕੰਪਰੀਹੈਂਸ਼ਨ ਇਜ਼ ਸੋਲਵਡ। ਸਟੂਡੈਂਟਸ, ਫਟਾਫਟ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਤੁਹਾਨੂੰ ਇੱਥੇ ਨੈਸ਼ ਦੀ ਪ੍ਰਿਪਰੇਸ਼ਨ ਲਈ ਕਾਫੀ ਮਟੀਰੀਅਲ ਮਿਲ ਜਾਏਗਾ। Till then, goodbye and have a nice day.